ਫਾਜ਼ਿਲਕਾ ਦੇ ਪ੍ਰਤਾਪ ਬਾਗ ਦੇ ਵਿੱਚ ਬਣੇ ਪ੍ਰੈਸ ਕਲੱਬ ਦੇ ਦਫ਼ਤਰ ਦੇ ਅੰਦਰ ਚੱਲ ਰਹੇ ਬਿਨਾ ਦਵਾਈ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਨ ਵਾਲੇ ਸੰਤ ਜਗਦੀਸ਼ ਮੁਨੀ ਦਾ ਕੈਂਪ ਹੋਇਆ ਸਮਾਪਤ। ਫਾਜ਼ਿਲਕਾ ਦੇ ਲੋਕਾਂ ਨੂੰ ਮਿਲਿਆ ਲਾਭ। ਫਾਜ਼ਿਲਕਾ ਦੇ ਪ੍ਰਤਾਪ ਬਾਗ ਦੇ ਵਿੱਚ ਪ੍ਰੈਸ ਕਲੱਬ ਦੇ ਦਫ਼ਤਰ ਦੇ ਅੰਦਰ ਚੱਲ ਰਹੇ ਸੰਤ ਜਗਦੀਸ਼ ਮੁਨੀ ਦੇ ਬਿਨਾ ਦਵਾਈ ਹਰ ਤਰ੍ਹਾਂ ਦੀ ਬਿਮਾਰੀ ਦੇ ਇਲਾਜ ਦੇ ਕੈਂਪ ਦਾ ਸਮਾਪਨ ਹੋ ਗਿਆ। ਇਸ ਕੈਂਪ ਦਾ ਲੋਕਾਂ ਨੇ ਖੂਬ ਲਾਭ ਚੁੱਕਿਆ। ਲੋਕਾਂ ਦੀਆਂ ਬਿਮਾਰੀਆਂ ਠੀਕ ਹੋਈਆਂ। ਇੱਕ ਮਹਿਲਾ ਨੇ ਦੱਸਿਆ ਕਿ 35 ਸਾਲਾਂ ਤੋਂ ਉਸ ਦੀ ਕਮਰ ਦੇ ਵਿੱਚ ਦਰਦ ਰਹਿੰਦਾ ਸੀ, ਜਿਸ ਦਾ ਇਲਾਜ ਉਹਨਾਂ ਵੱਲੋਂ ਕਈ ਡਾਕਟਰਾਂ ਤੋਂ ਕਰਵਾਇਆ ਗਿਆ, ਲੇਕਿਨ ਮਰਦ ਠੀਕ ਨਹੀਂ ਹੋਇਆ। ਲੇਕਿਨ ਜਦੋਂ ਸੰਤ ਜਗਦੀਸ਼ ਮੁਨੀ ਦੇ ਕੈਂਪ ਦੇ ਵਿੱਚ ਆਏ ਤਾਂ 5 ਦਿਨਾਂ ਦੇ ਵਿੱਚ ਹੀ ਉਹਨਾਂ ਦੀ ਬਿਮਾਰੀ ਠੀਕ ਹੋ ਗਈ। ਉਧਰ ਦੂਜੇ ਪਾਸੇ ਦੂਜੇ ਮਰੀਜ਼ ਨੇ ਦੱਸਿਆ ਕਿ ਉਹਨਾਂ ਨੂੰ ਡਾਕਟਰਾਂ ਵੱਲੋਂ ਗੋਡੇ ਚੇਂਜ ਕਰਨ ਦੇ ਲਈ ਕਿਹਾ ਗਿਆ ਸੀ, ਲੇਕਿਨ ਉਹਨਾਂ ਵੱਲੋਂ ਕੈਂਪ ਦੇ ਵਿੱਚ ਆ ਕੇ ਆਪਣਾ ਇਲਾਜ ਕਰਵਾਇਆ ਗਿਆ ਤਾਂ ਉਹਨਾਂ ਦੇ ਗੋਡੇ ਬਿਲਕੁਲ ਠੀਕ ਹੋ ਗਏ। ਸੰਤ ਜਗਦੀਸ਼ ਮੁਨੀ ਜੀ ਵੱਲੋਂ ਨਿਊਰੋ ਹੀਲਿੰਗ ਪੱਤੀ ਦੇ ਨਾਲ ਇੱਥੇ ਲੋਕਾਂ ਦਾ ਇਲਾਜ ਕੀਤਾ ਗਿਆ ਅਤੇ ਲੋਕਾਂ ਨੂੰ ਇਸ ਕੈਂਪ ਦਾ ਭਰਪੂਰ ਫਾਇਦਾ ਵੀ ਮਿਲਿਆ। ਲੋਕਾਂ ਵੱਲੋਂ ਸੰਤ ਜਗਦੀਸ਼ ਮੁਨੀ ਦਾ ਧੰਨਵਾਦ ਕੀਤਾ ਗਿਆ। ਕੀ ਨਾਮ ਤੁਹਾਡਾ? ਮੇਰਾ ਨਾਮ ਸੀਤਾ ਦੇਵੀ। ਕਿੱਥੋਂ ਆਏ ਤੁਸੀਂ? ਫਾਜ਼ਿਲਕਾ ਸੇ। ਕਿਸ ਚੀਜ਼ ਦੀ ਪ੍ਰੋਬਲਮ ਸੀ ਤੁਹਾਨੂੰ? ਮੈਨੂੰ ਡਿਸਕ ਦੀ ਪ੍ਰੋਬਲਮ ਹੈ। ਅੱਛਾ, ਹੁਣ ਠੀਕ ਹੋ ਗਈ? ਹਾਂ ਜੀ, ਠੀਕ ਹਾਂ। ਮੇਰੀ ਬੁੱਢੀ ਨੂੰ 5 ਸਾਲ ਹੋ ਗਏ। ਮੈਨੂੰ 35 ਸਾਲ, ਮੈਨੂੰ ਇਹ ਚੀਜ਼ ਸੇ ਮੈਨੂੰ ਜੂਝਤਾ ਨਾ ਬੜੋ ਇਲਾਜ ਕਰਾਇਆ, ਕੋਈ ਦਵਾਈ ਨਹੀਂ ਲੱਗੀ ਮੇਰਾ। ਤੇ ਆ ਮਹਾਰਾਜ ਜੀ ਆ ਪਿਤਾ ਬਾਬਾ ਜੀ ਕੋ ਪਤਾ ਚੱਲਿਆ, ਮੈਨੂੰ ਕੋਈ ਮਾਰਾ ਪੜੋਸ ਕਾ ਮੈਨੂੰ ਬਾਲਮੀ ਕਰੇਗਾ, ਵੇ ਮੈਨੂੰ ਬਤਾਇਆ, ਉਹ ਨੰਬਰ ਦਿਓ ਮੈਨੂੰ, ਬਾਬਾ ਜੀ ਕੀ ਫੋਟੋ ਜੋ ਨੰਬਰ ਦਿਓ ਮੈਨੂੰ। ਤੇ ਵੇ ਉਹ ਨੰਬਰ ਦੇ ਸਮੇਂ ਬਾਬਾ ਜੀ ਕਾ ਕਨ ਆਇਆ ਤੇ ਮੈਂ ਫੋਨ ਕਰਿਓ ਪਹਿਲੀ ਬਾਬਾ ਜੀ ਕਾ ਡੇਰਾ ਮੈਂ, ਤੇ ਵੇ ਬਤਾਇਆ ਵੀ ਉਹ ਰਸੀਵਰ ਲਾਗ ਰਿਹਾ ਤੇ ਵੇ ਪ੍ਰਤਾਪ ਬਾਗਵਾਨ ਨੇ ਉਰਾ ਜੋ ਕੋਈ ਦਵਾਈ ਵਗੈਰਾ ਦੇ ਇਹਨਾਂ ਨੇ ਫਿਰ ਆ ਨਹੀਂ ਮੇਰਾ ਵੀ ਮਤਲਬ ਕਿ ਮਾਲਿਸ਼ ਵਗੈਰਾ ਕਰੀ ਔਰ ਮਸ਼ੀਨਾਂ ਆ ਗਨ ਮਸ਼ੀਨਾਂ ਸਾਂ ਵੀ ਮਤਲਬ ਕੋਈ ਦਵਾਈ ਨਹੀਂ ਦਿੱਤੇ? ਨਹੀਂ ਦਵਾਈ ਨਹੀਂ ਦੀ ਕੋਈ, ਬਸ ਮਸ਼ੀਨਾਂ ਸੇ ਮਾਲਿਸ਼ ਸਾਂ ਮੇਰਾ ਬਿਲਕੁਲ ਆਰਾਮ ਹੈ। ਅਬ ਮੈਂ ਗੋਡਾ ਕੋਈ ਇਲਾਜ ਕਰਾ ਰਹੀ ਹਾਂ। ਨਹੀਂ ਕਮਰ ਬਿਲਕੁਲ ਠੀਕ ਹੋ ਗਈ? ਹਾਂ ਕਮਰ ਠੀਕ। 35 ਸਾਲ ਦੀ ਬਿਮਾਰੀ? 35 ਸਾਲ ਦੀ। ਕਿੰਨੇ ਦਿਨੋਂ ਮੈਂ? 5 ਦਿਨਾਂ ਨਾਲ ਜੀ। ਕਿੱਥੋਂ ਆਏ ਤੁਸੀਂ? ਜਲਾਲਾਬਾਦ। ਅੱਛਾ, ਕਿਸ ਚੀਜ਼ ਦਾ ਇਲਾਜ ਕਰਵਾ ਰਹੇ ਹੋ? ਮੈਂ ਗੋਡਿਆਂ ਦਾ ਇਲਾਜ ਕਰਾਇਆ ਸੀ, ਮੈਨੂੰ ਡਾਕਟਰਸ ਨੇ ਜਵਾਬ ਦਿੱਤਾ ਸੀ ਗੋਡੇ ਚੇਂਜ ਹੋਣਗੇ, ਲੇਕਿਨ ਹੁਣ ਮੈਂ ਬਿਲਕੁਲ ਸਹੀ ਹਾਂ। ਕਿੰਨਾ ਕੋਲ ਇਲਾਜ ਕਰਵਾਇਆ ਤੁਸੀਂ? ਮੈਂ ਇਹਨਾਂ ਕੋਲ ਕਰਵਾਇਆ। ਕਿੰਨਾ ਕੋਲ? ਜਗਦੀਸ਼ ਮੁਨੀ ਚਾਰੇ ਆਸ਼ਰਮ। ਤੇ ਪਤਾ ਕਿਵੇਂ ਲੱਗਿਆ ਤੁਹਾਨੂੰ ਵੀ ਇਹ ਗੋਡਿਆਂ ਦਾ ਇਲਾਜ ਕਰਦੇ ਨੇ? ਇਹ ਮੇਰੇ ਬ੍ਰਦਰ ਆਪਣੇ ਸਾਸੂਮਾ ਨੂੰ ਸਰਵਾਈਕਲ ਦਾ ਲੈ ਕੇ ਆਇਆ ਸੀ, ਸਰਵਾਈਕਲ ਤੋਂ ਉਹਨਾਂ ਨੇ 2 ਦਿਨ ਹੀ ਕਰਾਇਆ, ਉਹਨਾਂ ਨੂੰ ਆਰਾਮ ਆ ਗਿਆ, ਉਸ ਤੋਂ ਬਾਅਦ ਮੈਨੂੰ ਲੈ ਕੇ ਗਿਆ, ਮੈਨੂੰ 1 ਦਿਨ ਹੀ ਕਰਾਇਆ, ਮੈਨੂੰ ਫਰਕ ਲੱਗਿਆ, ਉਸ ਤੋਂ ਬਾਅਦ ਮੈਂ 5 ਦਿਨ ਲਗਾਤਾਰ ਕਰਾਇਆ, ਹੁਣ ਮੈਂ 8 ਮਹੀਨੇ ਹੋ ਗਏ ਬਿਲਕੁਲ।